निकल लगे बाहर आना बस दो जने अपने थले गए भाई आवे बैग चुक के जां गड्डी रख आवांगे जां जमा करावांगे बाकी तुहानू अगे अगे व्लॉग दिखाउणे आ किथे जाणे आ कि आपां जा रहे आ अज गोबिंद धाम जा रहे आ हां जी हां जी ते फिर उस तों अगे अहीं गुरु साहिब दे दर्शन करन लई कल नूं जावांगे इंपोर्ट साहिब कल नूं जावांगे ते बाकी पॉल्यूशन वगैरह ले ले आ बैग ते पौण पौण नूं क्योंकि आपां निक्के बैग ही लै जाणे आ किट वड्डे बैग ते आपां जमा करा देणे जां गड्डी रख देणे आ ते बाकी अज देखो इदां कर लो तैयारी मिंटो मिंट ते आपां वी रेडी आ फुल बियो मौसम साफ हो गया वैसे बट बदल कदी कदी आ जाते कदी कदी धुप तुहानू पता ही पहाड़ा च जो मर्जी मीह पै जाता जो मर्जी धुप लग जाती है तो वीर आए थे उतों उन्होंने पूछा ही कि हिसाब किताब कहते नहीं हजे जा खोलन गए कल संगत बहुत चल गई उत्ते ज्यादा तो जा कल रस्ता खोलन गए तो जा परसों तो बाकी कहते उत्ते ठंड बहुत ज्यादा आ स्नोफॉल भी होती है तो मीह भी एक काफ़ी ज्यादा ही पै गया उसके करके रस्ते भी खराब होए आ तो बाकी तुम दस दें जोड़ा पता थोड़ा बहुत पता लगेगा दसागे तरह शेयर कर हमने बबे रूम च निकले हाँ बहर तो हूँ चले हाँ बद्रीनाथ आप अज तो हेमकुंड साहब का रस्ता खुलना नहीं आ इसलिए आप फिर फ्री बैठे रूम च फिर कि फ्री भी करना फिर चलो फिर पच्ची किलोमीटर है इतों तो हूँ चले हाँ बद्रीनाथ पार्किंग हाँ लागे ना वो बार्डर आ चीन का लास्ट है ना इंडिया उत्तराखंड लास्ट गाँव ठीक ठीक है तो गड्डी अपनी लगी है पार्किंग तो पार्किंग गड्डी कढ़ दें हूँ तो फिर तुम दिखाने को कि रस्ता खुला ही होगा अगर ना फिर कित मुड़ देना बाकी तुम दिखाने अगे अगे बस ठीक है रस्ता तो बाबे पूरा बाकी गला भी खाली पहाड़ भाई नहीं नहीं व्यू नहीं आप देखना आप तो कैमरा बाबे वाला व्यू देखो पीना पानी पुनी मुड़े वेलो नहाता कौन कौन नहीं सारे नहाते फिर ठीक है मैं नहा दी झरना भी बहुत टॉप डाउन दिया पानी भी कुछ कुछ होना पानी बहुत ठंडा होना वाटरफॉल जमया पिया बर्फ ना जम गई भी जम गई बद्रीनाथ बाबे पहुंच चुके हैं हुणे पहुंचे जी देखो व्यू
ਐ ਜਮਾ ਬਦਲਾਂ ਜਿਹਦੇ ਪਹਾੜੀਆਂ ਸਮਾਂ ਜਮਾ ਬਦਲਾਂ ਜਾਏ ਪਹਾੜੀਆਂ ਬਦਲ ਹੀ ਠਾਣਾ ਸਾਰੇ ਲਓ ਜੀ ਬਦਰੀਨਾਥ ਬਹੁਤ ਜ਼ਿਆਦਾ ਸੰਗਤ ਹੈ ਕਾਫੀ ਜ਼ਿਆਦਾ ਸੰਗਤ ਬਦਰੀਨਾਥ ਅਤੇ ਆਹ ਵਾਲਾ ਬ੍ਰਿਜ ਜਾਂਦਾ ਜੀ ਬਦਰੀਨਾਥ ਨੂੰ ਉਹ ਸਾਹਮਣੇ ਮੰਦਰ ਜੀ ਬਦਰੀਨਾਥ ਨਾਗੇ ਨਦੀ ਜਾਂਦੀ ਆ ਅਤੇ ਉਹ ਜਿੱਥੇ ਬੰਦੇ ਇਸ਼ਨਾਨ ਨਹੀਂ ਕਰਦੇ ਉੱਥੇ ਪੂਰਾ ਐਂ ਗਰਮ ਪਾਣੀ ਨੈਚੁਰਲ ਗਰਮ ਪਾਣੀ ਨੈਚੁਰਲ ਆਉਂਦਾ ਸੀ ਪਹਾੜਾਂ 'ਚੋਂ ਹੀ ਹਜੇ ਆਪਣਾ ਮੰਦਰ ਬੰਦ ਆ ਜੇ ਮੰਦਰ ਅਤੇ 6 ਵਜੇ ਜਾ ਕੇ ਖੁੱਲ੍ਹਣਾ ਮੰਦਰ ਨੂੰ ਸੰਗਤ ਤਾਈਓ ਕਾਫੀ ਆ ਨਹੀਂ ਤਾਂ ਜੇ ਮੰਦਰ ਖੁੱਲ੍ਹਾ ਹੁੰਦਾ ਤਾਂ ਫਿਰ ਸੰਗਤ ਨੇ ਮੱਥਾ ਟੇਕ ਦਰਸ਼ਨ ਕਰਕੇ ਤੁਰੇ ਜਾਣਾ ਸੀ ਹੁਣ ਜਾ ਕੇ 6 ਵਜੇ ਖੁੱਲ੍ਹਣਾ ਮੰਦਰ ਹੁਣ ਦੇਖਦੇ ਹਾਂ ਆਪਾਂ ਵੀ ਕਿਉਂਕਿ ਆਪਾਂ ਫਿਰ ਨੀਚੇ ਵੀ ਜਾਣਾ ਫਿਰ ਅਤੇ ਆਪਾਂ ਫਿਰ ਆਪਾਂ ਨੂੰ ਫਿਰ ਹਨੇਰਾ ਨਾ ਹੋ ਜਾਵੇ ਤਾਂ ਕਰਕੇ ਦੇਖਦੇ ਜੋ ਵੀ ਤੁਸੀਂ ਲੈਣਾ ਹੋਵੇ ਇੱਥੋਂ ਮਿਲ ਸਕਦਾ ਸਭ ਕੁਝ ਮਿਲ ਸਕਦਾ ਜੀ ਕਾਫੀ ਲੰਮਾ ਉੱਥੇ ਤੱਕ ਬਾਜ਼ਾਰ ਜੇ ਜਿਹੜਾ ਤੁਸੀਂ ਵੀ ਬੋਰ ਹੋ ਗਏ ਇੱਕੋ ਚੀਜ਼ ਹੀ ਵਾਰ ਵਾਰ ਵਿਖਾਈ ਜਾਂਦਾ ਵਾ ਪਰ ਜਿਹੜਾ ਨਜ਼ਾਰਾ ਅੱਖਾਂ ਨਾਲ ਵੇਖਣਾ ਨਾ ਉਹ ਵੱਖਰੀ ਗੱਲ ਪਰ ਕੈਮਰਾ ਤੁਹਾਨੂੰ ਪਤਾ ਕੈਮਰਾ ਹੁੰਦਾ ਕੈਮਰਾ ਉਹ ਚੀਜ਼ ਕੈਪਚਰ ਨਹੀਂ ਕਰ ਸਕਦਾ ਜੋ ਅੱਖਾਂ ਨਾਲ ਆਪਾਂ ਨਜ਼ਾਰਾ ਵੇਖਦੇ ਹਾਂ ਫੁੱਲ ਘੈਂਟ ਮੀਂਹ ਫਿਰ ਸਟਾਰਟ ਹੋ ਗਿਆ ਜੀ ਇੱਧਰ ਧੁੱਪ ਇੱਧਰ ਬੱਦਲ ਸਾਫ ਜੇ ਇੱਧਰ ਬੱਦਲ ਵੇਖੋ ਹੁਣ ਆਪਾਂ ਚੱਲੇ ਹਾਂ ਮਾਣਾ ਪਿੰਡ ਮਾਣਾ ਪਿੰਡ ਲਾਸਟ ਲਾਸਟ ਵਿਲੇਜ ਲਾਸਟ ਪਿੰਡ ਜੀ ਨਹੀਂ ਆਦਾ ਉਹ ਆਪਣੇ ਵੱਲੋਂ ਚਲੋ ਠੀਕ ਆ ਗੱਡੀ ਕੋਲ ਆਪਾਂ ਆ ਗਏ ਹਾਂ ਤੇ ਚਲੋ ਹੁਣ ਖਿੱਚਦੇ ਤਿਆਰੀ ਫਿਰ ਅੱਗੇ ਦੀ ਇੰਡੀਆ ਲਾਸਟ ਵਿਲੇਜ ਹੁਣ ਚੱਲਾਂਗੇ ਆਪਾਂ ਉੱਥੇ ਆ ਵੀ ਯਾਰ ਕਿੱਥੋਂ ਲਿਆਉਂਦੇ ਉੱਤੋਂ ਵੀਰ ਆ ਵੀ ਫੁੱਲ ਹਾਰਡ ਵਰਕ ਆ ਰੋਟੀ ਲਈ ਬਸ ਘੱਟ ਘੱਟ 90 ਕਿਲੋ ਭਾਰ ਹੋਊਗਾ ਜੀ ਵੇਖੋ ਕਿੱਥੋਂ ਲਿਆਉਂਦੇ ਚੋਕੇ ਮੋਢਿਆਂ ਦੇ ਉਹ ਉੱਤੋਂ ਲਿਆਉਂਦੇ ਮੋਢੇ ਮੋਢਿਆਂ ਚੋਕ ਆਹ ਲੱਗਦਾ ਇਹਨਾਂ ਦੇ ਕੋਈ ਨਾ ਕੋਈ ਫੰਕਸ਼ਨ ਆ ਅਤੇ ਉਹਦੇ ਇੰਜੋਏ ਕਰਨ ਦਾ ਫਿਰ ਅੱਗੇ ਦੁਕਾਨ ਆ ਇਹ ਜਿੱਥੇ ਗੱਡੀ ਰਹੀ ਨਾ ਆਪਾਂ ਨੂੰ 1.5 ਕਿਲੋਮੀਟਰ ਹੋ ਗਿਆ ਪੈਦਲ ਚੱਲਦੇ ਅਤੇ ਕਿਤੇ ਨਾ ਕੋਈ ਨਾ ਕੋਈ ਦੁਕਾਨ ਆਈ ਜਾਂਦੀ ਆ ਕਾਫੀ ਦੂਰ ਆ ਥੱਲਿਓਂ ਪਤਾ ਲੱਗਾ ਸੀ ਕਿ 300-400 ਮੀਟਰ ਹੀ ਆ ਬਸ ਇਹ ਮੈਨੂੰ ਲੱਗਦਾ ਘੱਟੋ ਘੱਟ 1.5 ਕਿਲੋਮੀਟਰ ਆ ਸਾਨੂੰ ਵਾਹਵਾ ਚੱਲਦਿਆਂ ਨੂੰ ਟਾਈਮ ਹੋ ਗਿਆ ਅਤੇ ਉਹ ਉੱਥੇ ਜਾਣਾ ਜੀ ਆਪਾਂ ਉਹ ਉੱਥੇ ਉਹ ਰਸਤਾ ਆਵੇ 1.5 ਕਿਲੋਮੀਟਰ ਦੇ ਤਕਰੀਬਨ ਲਾਗੇ ਬੰਨੇ ਹੈਗਾ ਹੀ ਆ ਉੱਤੇ ਜਾਊਗਾ ਕਾਫੀ ਬਰਫ਼ ਪਈ ਆ ਅਤੇ ਦੇਖੋ ਘੈਂਟ ਵਿਊ ਬਾਬੇ ਘੈਂਟ ਇੰਡੀਆ ਦੀ ਲਾਸਟ ਸ਼ੋਪ ਜੇ ਆੜੀ ਉਹ ਵੀ ਲਿਖਿਆ ਹੋਈ ਉੱਤੇ ਇਸ ਤੋਂ ਅੱਗੇ ਚੀਨ ਸਟਾਰਟ ਹੋ ਜਾਂਦਾ ਜੀ ਥੱਕ ਵੀ ਕਾਫੀ ਗਏ ਆ ਆਪਾਂ ਹੁਣ ਅਤੇ ਕਿਉਂਕਿ ਉਹ ਵੜੀ ਚੜ੍ਹਾਈ ਨਾ ਜਿਹੜੀ ਆ ਉਹੜੀ ਉਹ ਇੱਕੇ ਦਮ ਬਿਲਕੁਲ ਸਿੱਧੀ ਜਿਹੀ ਚੜ੍ਹਾਈ ਸੀ ਖਾਸਾ ਸਾਹ ਚੜ੍ਹ ਗਿਆ ਆਪਾਂ ਅਤੇ ਹੁਣ ਇੱਥੇ ਦੇਖਦੇ ਹਾਂ ਕੀ ਮਿਲਦਾ ਇੱਥੇ ਆਪਾਂ ਨੂੰ ਲਾਸਟ ਸ਼ੋਪ ਜੇ ਇੰਡੀਆ ਦੀ ਦੇਖਦੇ ਹਾਂ ਕੋਈ ਨਾ ਕੋਈ ਪਕੌੜੇ ਪਕੌੜੇ ਵਗੈਰਾ ਚਾਹ ਚੂਹ ਕੌਫੀ ਮੈਗੀ ਅਤੇ ਚਾਹ ਕਿੰਨੇ ਦੀ ਕੁਝ ਨਾ ਕੁਝ ਦੇਖਾਂਗੇ ਆਪਾਂ ਪਰਲੇ ਬੰਨੇ ਚੀਨ ਸਟਾਰਟ ਹੋ ਜਾਂਦਾ ਅਤੇ ਚੀਨ ਉਸ ਤੱਕ ਵੀ ਜਾਵਾਂਗੇ ਆਪਾਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਉੱਥੋਂ ਤੱਕ ਉਹ ਜਿੱਥੇ ਲੋਕ ਖਲੋਤੇ ਨੇ ਉਹ ਤੋਂ ਗਾਂ ਥੋੜ੍ਹਾ ਜਿਹਾ ਬਾਕੀ ਹੁਣ ਆਹ ਕੁਝ ਮੰਗਵਾਇਆ ਸੀ ਆਪਾਂ ਪਕੌੜੇ 3 ਤਰ੍ਹਾਂ ਦੇ ਨਾਲ ਕੌਫੀ ਬਾਕੀ ਜੇ ਪਹਾੜਾਂ 'ਚ ਮੈਗੀ ਨਾ ਖਾਧੀ ਤਾਂ ਫਿਰ ਖਾਧਾ ਕੀ ਆ ਬਾਕੀ ਪਹਾੜਾਂ 'ਚ ਮੈਗੀ ਬਹੁਤ ਘੈਂਟ ਲੱਗਦੀ ਆ ਬਣਾਉਂਦੇ ਵੀ ਟੇਸਟੀ ਆ ਅਤੇ ਬਾਕੀ ਵਿਊ ਇੰਜੋਏ ਕਰਨ ਦੇ ਆ ਦਿਖਾ ਦੇ ਇੱਕ ਰਿਵਿਊ ਘਰੇ ਘਰੇ ਕੁੰਬੜਿਆ
ਆ ਜੇ ਬਾਬਿਓ ਪਰਲੇ ਬਨੇ ਚੀਨ ਦਾ ਬਾਰਡਰ ਜੇ ਜੋ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਪਿਛਲੀ ਕਲਿੱਪ ਚ ਬਾਕੀ ਯਾਰ ਉੱਤੇ ਨਹੀਂ ਜਾਣਾ ਜੇ ਆਪਾਂ ਹੁਣ ਨਹੀਂ ਜਾਣਾ ਉੱਤੇ ਕਿਉਂਕਿ ਮੀਂਹ ਸਟਾਰਟ ਹੋ ਗਿਆ ਵਾ ਇਹ ਨਾ ਹੋਵੇ ਕਿ ਆਪਾਂ ਆਉਂਦਿਆਂ ਆਉਂਦਿਆਂ ਭੇਜ ਜਾਈਏ ਅਤੇ ਹੁਣ ਆਪਾਂ ਫਿਰ ਉੱਤੇ ਨਹੀਂ ਜਾਣਾ ਅਤੇ ਹੁਣ ਆਪਾਂ ਚੱਲਿਆ ਵਾਪਸੀ ਫਿਰ ਗੱਡੀ ਕੋਲ ਤਕਰੀਬਨ ਮੈਨੂੰ ਡੇਢ ਘੰਟਾ ਹੋ ਗਿਆ ਕਿ ਆਹ ਸਿੱਧੂ ਮੂਸੇਵਾਲੇ ਦੇ ਗਾਣੇ ਚੱਲਣ ਦੇ ਰਿਪੀਟ 'ਤੇ ਹੀ ਉਹਦੇ ਗਾਣੇ ਚੱਲਣ ਦੇ ਡੇਢ ਘੰਟਾ ਹੋ ਗਿਆ ਮੈਨੂੰ ਕਮ ਸੇ ਕਮ ਉੱਤੇ ਗਏ ਨੂੰ ਸਿੱਧੂ ਮੂਸੇਵਾਲੇ ਦੇ ਗਾਣੇ ਚੱਲਣ ਦੇ ਉਹਨਾਂ ਦੇ ਜਦੋਂ ਦਾ ਮੈਂ ਆਇਆ ਹਾਂ ਉਹਨਾਂ ਦੇ ਸਿੱਧੂ ਮੂਸੇਵਾਲੇ ਦੇ ਚੱਲਣਦੇ ਸੀ ਹੁਣ ਵੀ ਸਿੱਧੂ ਮੂਸੇਵਾਲੇ ਦੇ ਹੀ ਆ ਚਲੋ ਠੰਡ ਮੈਂ ਬੁਨਾਨੇ ਬੁਨਾਏ ਕਰਨਾ ਪੜਦਾ ਹਮਕੋ ਠੀਕ ਹੈ ਇਸ ਲਈ ਇਹ ਪੇਟ ਕੀ ਕਾਰਨ ਸੀ ਠੀਕ ਹੈ ਪੇਟ ਕੀ ਕਾਰਨ ਸੀ ਹਾਂਜੀ ਹਾਂ ਅਜੇ ਹਮਾਰਾ ਮਿਹਨਤ ਕਰਕੇ ਤਾਂ ਪੈਸਾ ਮੰਗ ਕੇ ਆਉਂ ਠੀਕ ਹੈ ਰੋਟੀ ਬਦਲੇ ਖਾਣੇ ਬਦਲੇ ਆਪਾਂ ਇੱਥੋਂ ਟੋਪੀ ਲੈ ਕੇ ਜਾਵਾਂਗੇ ਕੈਬ ਲੈ ਕੇ ਜਾਵਾਂਗੇ ਟੋਪੀ ਮਿਹਨਤ ਦਾ ਪੈਸਾ ਬੇਟਾ ਮਿਹਨਤ ਦਾ ਪੈਸਾ ਹਾਂਜੀ ਹਾਂਜੀ ਅਤੇ ਬਾਕੀ ਆਪਾਂ ਇੱਥੋਂ ਟੋਪੀ ਲੈ ਕੇ ਜਾਵਾਂਗੇ ਨਾਲੇ ਯਾਦਗਿਰੀ ਹੁੰਦੀ ਆ ਕਿ ਉੱਥੋਂ ਕੁਝ ਲਿਆ ਸੀ ਆਪਾਂ ਹੁਣ ਇੱਥੋਂ ਆਪਾਂ ਚੱਲੇ ਹਾਂ ਅਤੇ ਆਪਾਂ ਫਿਰ ਉੱਥੇ ਚਲ ਜਾਣਾ ਗੋਬਿੰਦ ਘਾਟ ਕਿਉਂਕਿ ਉੱਥੇ ਹੀ ਆਪਣਾ ਸਟੇ ਅਤੇ ਬਾਕੀ ਹੁਣ ਬਾਰਿਸ਼ ਵੀ ਥੋੜ੍ਹੀ ਥੋੜ੍ਹੀ ਤੇਜ਼ ਹੁੰਦੀ ਆ ਰਸਤਾ ਵੀ ਦੋ ਘੰਟੇ ਦੇ ਕਰੀਬ ਟਾਈਮ ਲੱਗ ਹੀ ਜਾਣਾ ਨਾ ਆਪਾਂ ਦੋ ਘੰਟੇ ਲੱਗ ਹੀ ਹੁਣੇ ਅਜੇ ਗੱਡੀ ਪਾਰਕਿੰਗ 'ਚ ਲਾ ਕੇ ਅਤੇ ਗੁਰਦੁਆਰੇ ਵਾਲੀ ਸਾਈਡ ਆਪਣੇ ਰੂਮ ਵਾਲੀ ਸਾਈਡ ਜਾਂਦੇ ਪਏ ਆਪਾਂ ਅਤੇ ਟਾਈਮ ਕੀ ਹੋ ਗਿਆ ਭਲਾ ਟਾਈਮ ਹੋ ਗਿਆ 6 ਦਾ ਟਾਈਮ ਹੋ ਗਿਆ ਜੀ ਅਤੇ 12:00 ਗਏ ਹਾਂ ਅਤੇ ਮੀਂਹ ਨਾ ਨਹੀਂ ਲਿਆਉਂਦੇ ਹਟਾਉਂਦਾ ਅਤੇ ਕਿਣ ਮਿਣ ਹੋਈ ਜਾਂਦੀ ਆ ਅਤੇ ਬਾਕੀ ਚਲੋ ਵਾਹਿਗੁਰੂ ਮਿਹਰ ਕਰੇਗਾ ਕੱਲ੍ਹ ਨੂੰ ਮੀਂਹ ਰੁਕਿਆ ਰਹੇ ਕੱਲ੍ਹ ਨੂੰ ਮੀਂਹ ਅੱਗੇ ਜਾ ਸਕੀਏ ਸਹੀ ਗੱਲ ਆ ਅਤੇ ਚਲੋ ਮਿਲਦੇ ਹਾਂ ਇੱਕ ਅਗਲੀ ਵੀਡੀਓ 'ਚ ਓਕੇ ਬਾਏ ਟਾਟਾ ਨਾਲੇ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਕਰ ਦਿਓ ਓਕੇ ਜੀ।